एटलस कंपनी सोनीपत की ओर से अपने वेंडर्स को पेमेंट ना करने का मामला विकराल रूप धारण करता जा रहा है। नौबत यहां तक आ गई कि कंपनी ने वेंडर्स को पैसे देने से साफ इनकार कर दिया, जिससे वेंडर्स ने यूनाइटेड साइकिल एंड पार्ट्स मैन्युफैक्चर एसोसिएशन UCPMA की सहायता ली। इस संबंधी फिरोजपुर रोड स्थित स्थानीय होटल में प्रेस वार्ता का आयोजन किया। इस दौरान UCPA के प्रधान इंद्रजीत सिंह नवयुग ने बताया कि उनके पास एटलस के करीब 45 वेंडर की रजिस्ट्रेशन आई है, जिसमें उन्होंने बताया कि एटलस से 30 करोड़ रुपया बकायदा लेना है। नवयुग ने बताया कि एटलस कंपनी ने राजस्थान का एक बहुत बड़ा टेंडर बहुत कम दाम पे पिछले साल उठाया है। उस टेंडर को पूरा करने के लिए लुधियाना के वेंडर से मटेरियल लिया था और उसके बाद पेमेंट का भुगतान नहीं किया। उन्होंने कहा कि 13 अक्टूबर को UCPMA ऑफिस गिल रोड के बाहर एटलस कंपनी के डायरेक्टर का पुतला फूंका जाएगा। इसके बाद 16 अक्टूबर को पुलिस कमिश्नर के पास कंप्लेंट दर्ज करके धोखाधड़ी का मामला दर्ज करने की मांग की जाएगी। अगर फिर भी वेंडर के पैसे ना मिले तो दिल्ली स्थित उनके घर के बाहर जाकर प्रदर्शन करेंगे तथा ये संघर्ष लड़ीवार किया जाएगा तथा इसके लिए UCPMA की ओर से 5 मेंबरी कमेटी का भी गठन कर दिया गया। ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਿੱਤੀ ਜਾ ਰਹੀ ਹੈ, ਜਿਹਦੇ ਵਿੱਚ ਕਿ ਸਾਡੇ ਛੋਟੇ ਛੋਟੇ ਮੈਂਬਰ ਆ ਜਿਹੜੇ ਹੈਗੇ ਨੇ ਉਹਨਾਂ ਨੂੰ ਐਟਰੈਸ ਗਰੁੱਪ ਵੱਲੋਂ ਪੇਮੈਂਟ ਨਹੀਂ ਮਿਲ ਰਹੀ, ਅੱਜ ਉਹਦੇ ਬਾਰੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਔਰ ਸਾਡੇ ਮੈਂਬਰ ਜਿਹੜੇ ਛੋਟੇ ਛੋਟੇ MSME ਨੇ ਉਹਨਾਂ ਨੂੰ ਪੇਮੈਂਟਾਂ ਵੀ 3-3, 4-4 ਸਾਲ ਹੋ ਗਏ ਆ, ਉਹਨਾਂ ਨੇ ਦਿੱਤੀਆਂ ਨਹੀਂ, ਫਿਰ ਉਹਨਾਂ ਨੂੰ ਜਦੋਂ ਨਹੀਂ ਮਿਲੀਆਂ ਵਿਚਾਰੇ ਥੱਕ ਹਾਰ ਕੇ ਉਹਨਾਂ ਨੇ ਸਾਨੂੰ ਸਾਈਕਲ ਪਾ ਦਿਆ ਸੀ, ਉਹਨੂੰ ਯੂਨਾਈਟਿਡ ਸਾਈਕਲ ਪਾਰ ਨੂੰ ਉਹਨਾਂ ਨੇ ਅਪਰੋਚ ਕੀਤਾ ਅਤੇ ਅਸੀਂ ਉਹਨਾਂ ਦਾ ਹੱਥ ਫੜਿਆ ਔਰ ਅਸੀਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਗਰੁੱਪ ਦੇ ਡਾਇਰੈਕਟਰਾਂ ਨਾਲ ਵੀ ਸਾਰਿਆਂ ਨਾਲ ਔਰ ਸਾਡੀਆਂ ਗਰੁੱਪ ਮੀਟਿੰਗਾਂ ਦਾ ਸਿਲਸਿਲਾ ਜੋ ਚੱਲਦਾ ਰਿਹਾ, ਉਸ ਤੋਂ ਨਤੀਜੇ ਤੋਂ ਕੋਈ ਸਾਨੂੰ ਉਹਨਾਂ ਨੇ ਕੋਈ ਅੱਛਾ ਜਵਾਬ ਨਹੀਂ ਦਿੱਤਾ ਸਾਨੂੰ ਜਿਹੜਾ ਕਿ ਸਾਡੀ ਮੈਂਬਰਾਂ ਦੀ ਪੇਮੈਂਟ ਆ ਸਕੇ ਔਰ ਬਾਅਦ 'ਚ ਫਿਰ ਅਖੀਰ 'ਚ ਉਹਨਾਂ ਦੇ ਡਾਇਰੈਕਟਰਾਂ ਨਾਲ ਵੀ ਮੀਟਿੰਗ ਹੋਈ ਸਾਡੀ, ਮਾਲਕਾਂ ਨਾਲ ਵੀ ਹੋਈ ਆ ਵਿੱਚ ਔਰ ਉਹਨਾਂ ਨੇ ਸਾਨੂੰ 2 ਮਹੀਨੇ ਦਾ ਟਾਈਮ ਦਿੱਤਾ ਸੀਗਾ, ਉਹ 2 ਮਹੀਨੇ ਸਾਡੇ 24 ਤਰੀਕ ਨੂੰ ਸਤੰਬਰ ਨੂੰ ਖਤਮ ਹੁੰਦੇ ਸੀਗੇ। ਅਸੀਂ ਫਿਰ ਉਹਨਾਂ ਨੂੰ ਅਪਰੋਚ ਕੀਤਾ ਕਿ ਦੱਸੋ ਜੀ 2 ਮਹੀਨੇ ਹੋ ਗਏ ਸਾਡੀ ਮੈਂਬਰ ਦੀ ਪੇਮੈਂਟ ਦਿਓ ਤੁਸੀਂ, ਉਹਨਾਂ ਨੇ ਫਿਰ ਵੀ ਸਾਨੂੰ ਲਿੰਗਰ ਆਉਣ ਦਿੱਤਾ, ਅੱਜ ਦਿੰਦਾ ਕੱਲ੍ਹ ਦਿੰਦਾ ਪਰਸੋਂ ਦਿੰਦਾ, ਅਖੀਰ ਸਾਨੂੰ ਉਹਨਾਂ ਨੇ 6 ਤਰੀਕ ਦਾ ਟਾਈਮ ਦਿੱਤਾ ਵਾ ਔਰ ਫਿਰ 6 ਤਰੀਕ ਜਦੋਂ ਆਈ ਅਸੀਂ 7 ਤਰੀਕ ਉਹਨਾਂ ਨੇ ਫੋਨ ਕੀਤਾ, ਉਹਨਾਂ ਨੇ ਸਾਨੂੰ ਫਿਰ ਜਵਾਬ ਦਿੱਤਾ, ਕੋਈ ਅੱਛਾ ਉਹਨਾਂ ਦਾ ਰਿਸਪੋਂਸ ਨਹੀਂ ਸਾਨੂੰ ਔਰ ਅੱਜ ਅਸੀਂ ਪ੍ਰੈਸ ਕਾਨਫਰੰਸ ਕਰਕੇ ਇਹੀ ਸਾਰੇ ਤੁਹਾਡੇ ਮੀਡੀਆ ਨੂੰ ਅਪੀਲ ਕਰਨਾ ਚਾਹੁੰਦੇ ਹਾਂ, ਸਾਡੀ ਆਵਾਜ਼ ਉੱਥੇ ਉਠਾਈ ਜਾਵੇ ਔਰ ਸਾਡੀ ਛੋਟੀ ਇੰਡਸਟਰੀ ਜਿਹੜੀ ਮਰ ਰਹੀ ਹੈ ਅਤੇ ਰਿਸੈਸ਼ਨ ਵੀ ਆ ਇੱਦਾਂ ਵੀ ਸਾਈਕਲ ਪਾਰਟ ਕਰਕੇ ਉਹ ਅਸੀਂ ਉਹਨਾਂ ਨੂੰ ਅਸੀਂ ਬਚਾ ਸਕੀਏ ਔਰ ਅਸੀਂ ਉਹਦੀ ਇਮੇਜ ਹੀ ਇੱਕ ਅੱਜ 12 ਤਰੀਕ ਨੂੰ ਅਸੀਂ UCPMA ਦੇ ਕੰਪਲੈਕਸ ਦੇ ਬਾਹਰ 11 ਵਜੇ ਅਸੀਂ ਆਪਣੇ ਸਾਈਕਲ ਦਾ ਪੁਤਲਾ ਫੂਕਾਂਗੇ ਔਰ ਵੱਧ ਤੋਂ ਵੱਧ ਸਾਡੇ ਮੈਂਬਰ ਉਹ 'ਚ ਆਉਣਗੇ ਔਰ ਅਸੀਂ ਆਪਣੀ ਆਵਾਜ਼ ਉੱਥੇ ਤੱਕ ਪਹੁੰਚਾਵਾਂਗੇ ਤਾਂ ਕਿ ਅਸੀਂ ਆਪਣੇ ਮੈਂਬਰਾਂ ਨੂੰ ਉਹਨਾਂ ਕੋਲ ਪੇਮੈਂਟ ਦਵਾ ਸਕੀਏ। ਜਾਗਤੀ ਲੜਕੇ ਲਈ ਲੁਧਿਆਣਾ ਸੇ ਸੁਰਿੰਦਰ ਅਰੋੜਾ ਕੀ ਰਿਪੋਰਟ।